ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 1 ਦੇ ਲਈ ਪੰਜਾਬੀ ਲਾਜ਼ਮੀ ਸਬਜੈਕਟ ਦਾ ਜਿਹੜੇ ਕਿ ਪ੍ਰਾਈਵੇਟ ਸਟੂਡੈਂਟਸ ਦੇ ਲਈ ਪੇਪਰ ਦਾ ਪੈਟਰਨ ਕੀ ਰਹੂਗਾ ਠੀਕ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਰੈਗੂਲਰ ਵਾਲਿਆਂ ਦਾ ਜਿਹੜੇ ਕਿ ਪੇਪਰ ਦਾ ਪੈਟਰਨ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਉਹਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦਊਂਗੀ ਠੀਕ ਹੈ ਇਹ ਪ੍ਰਾਈਵੇਟ ਸਟੂਡੈਂਟਸ ਦੇ ਲਈ ਔਰ ਡਿਸਟੈਂਸ ਐਜੂਕੇਸ਼ਨ ਵਾਲਿਆਂ ਦੇ ਲਈ ਹਾਂਜੀ ਪ੍ਰਾਈਵੇਟ ਸਟੂਡੈਂਟਸ ਦਾ ਜਿਹੜੇ ਕਿ ਪੇਪਰ ਤੇ ਇਹਨਾਂ ਨੂੰ 100 ਮਾਰਕਸ ਦੇ ਵਿੱਚੋਂ ਪਾਸਿੰਗ ਮਾਰਕਸ ਨੇ 35 ਤੁਹਾਡੇ ਠੀਕ ਹੈ ਤੇ ਮੈਂ ਕਹਾਣੀਆਂ ਤੁਹਾਨੂੰ ਕਹਿ ਰੱਤਾ ਕਿ 20 ਤੁਸੀਂ 21 ਕਹਾਣੀਆਂ ਤੁਹਾਡੇ ਸਿਲੇਬਸ ਦੇ ਵਿੱਚੋਂ ਜਿਹਦੇ ਵਿੱਚੋਂ ਤੁਸੀਂ ਕੋਈ 10 ਪਹਿਲੀਆਂ 10 ਕਹਾਣੀਆਂ ਯਾਦ ਕਰ ਲਓ ਠੀਕ ਹੈ ਪਹਿਲੀਆਂ 10 ਕਹਾਣੀਆਂ ਯਾਦ ਕਰ ਲਓ ਤੇ ਬਾਕੀ ਜਿਹੜਾ ਕਿ ਲੇਖ ਰਚਨਾ ਕੀ ਹੈ ਉਹ ਆਪਾਂ ਨੇ ਆਲਰੇਡੀ ਅਪਲੋਡ ਕੀਤਾ ਹੋਇਆ ਬਾਕੀ ਮੈਂ ਇਹਦੇ ਵਿੱਚ ਵੀ ਤੁਹਾਨੂੰ ਦੱਸੂਗੀ ਹਾਂਜੀ ਜਿਹੜੇ ਤੁਹਾਨੂੰ ਸਭ ਤੋਂ ਪਹਿਲਾਂ ਪੇਪਰ ਦੇ ਵਿੱਚ ਕੀ ਆਉਣਾ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੇ ਕਿ ਪੇਪਰ ਦੇ ਵਿੱਚ ਹਾਂਜੀ ਜਿਹੜਾ 15 ਨੰਬਰ ਦਾ ਕੁਐਸਚਨ ਆਉਣਾ ਉਹ ਤੁਹਾਨੂੰ ਆਊਗਾ ਨਿੱਕੀ ਕਹਾਣੀ ਕੀ ਹੈ ਇਸ ਦੇ ਤੱਤ ਲਿਖੋ ਜਾਂ ਮਿੰਨੀ ਕਹਾਣੀ ਕਿਸ ਦੇ ਤੱਤ ਲਿਖੋ ਮਿੰਨੀ ਕਹਾਣੀ ਦੇ ਬੰਤਰ ਲਿਖੋ ਇਹਦੇ ਤੱਤ ਲਿਖੋ ਜਾਂ ਸਰੂਪ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਵੱਖਰੇਵੇਂ ਆਪਾਂ ਆਲਰੇਡੀ ਚੈਨਲ ਤੇ ਕਰਵਾਇਆ ਹੋ ਤੁਸੀਂ ਵਾਚ ਕਰ ਸਕਦੇ ਹੋ ਠੀਕ ਹੈ ਜਿਹਦੇ ਨਾਲ ਤੁਹਾਨੂੰ ਸਾਰਾ ਟੌਪਿਕ ਕਵਰ ਹੋ ਜਾਊਗਾ ਜਦੋਂ ਆਪਸੀਂ ਖੇੜੇ ਵਾਲਾ ਫਿਰ ਉਹਦੇ ਵਿੱਚ ਹੀ ਰਿਕਾਲ ਹੋ ਜਾਊਗਾ ਵੀ ਨਿੱਕੀ ਕਹਾਣੀ ਕੀ ਹੈ ਮਿੰਨੀ ਕਹਾਣੀ ਕੀ ਹੈ ਤੇ ਜਿਹੜੀ ਕਿ ਲੰਬੀ ਕਹਾਣੀ ਕੀ ਹੈ ਫਿਰ ਤੁਹਾਨੂੰ ਜਿਹੜੀ ਕਥਾ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਿੱਤੇ ਦੱਸਿਆ ਦਿੱਤਾ ਕਿ ਤੁਸੀਂ ਕਿੰਨੀਆਂ ਕਹਾਣੀ ਯਾਰ ਕਰਨੀਆਂ ਇਹਨ ਘਰਪਜਨ ਸਿੰਘ ਠੀਕ ਹੈ ਸਭ ਤੋਂ ਪਹਿਲਾਂ ਨਿੱਕੀ ਕਹਾਣੀ ਕੀ ਹੈ ਮਿੰਨੀ ਕਹਾਣੀ ਕੀ ਉਹਦੇ ਵਿੱਚੋਂ ਕੁਐਸਚਨ ਆਉਣੇ ਨੇ ਫਿਰ ਤੁਹਾਨੂੰ ਤਿੰਨ ਕਹਾਣੀਆਂ ਆਉਣਗੀਆਂ ਤਿੰਨ ਦੇ ਵਿੱਚੋਂ ਤੁਸੀਂ ਇੱਕ ਦਾ ਸਾਰ ਲਿਖਣਾ ਹੋਊਗਾ ਠੀਕ ਹੈ 15 ਅੰਕਾਂ ਦਾ ਜਾਂ ਸਾਰ ਜਾਂ ਵਿਸ਼ਾ ਵਸਤੂ ਤੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਜਾ ਪਾ ਕੇ ਕੁਐਸਚਨ ਆਉਣਾ ਠੀਕ ਹੈ ਜਾ ਪਾ ਕੇ ਕੁਐਸਚਨ ਆਊਗਾ ਦੇਖੋ ਆਪਸੀ ਨਖੇੜੇ ਵਾਲਾ ਕੁਐਸਚਨ ਤੇ ਜਿਹੜੇ ਤੁਹਾਨੂੰ ਇਹ ਨਿੱਕੀ ਕਹਾਣੀ ਕੀ ਹੈ ਮਿੰਨੀ ਕਹਾਣੀ ਲੰਬੀ ਕਹਾਣੀ ਕੀ ਹੈ ਇਹ ਤੁਹਾਨੂੰ ਇੱਥੇ ਲਿਖਿਆ ਹੋਇਆ ਤਿੰਨ ਤਿੰਨ ਸਵਾਲ ਪੁੱਛੇ ਜਾਣਗੇ ਤਿੰਨਾਂ ਦੇ ਵਿੱਚ ਤੁਸੀਂ ਕੋਈ ਇੱਕ ਕਰਨਾ ਹੋਊਗਾ ਠੀਕ ਆ ਪ੍ਰਾਈਵੇਟ ਵਾਲਿਆਂ ਲਈ ਤਿੰਨ ਆਉਣਗੇ ਤਿੰਨਾਂ ਚੋਂ ਤੁਸੀਂ ਇੱਕ ਕਰਨਾ ਹੋਊਗਾ ਨਿੱਕੀ ਕਹਾਣੀ ਕੀ ਹੈ ਮਿੰਨੀ ਕਹਾਣੀ ਕੀ ਹੈ ਲੰਬੀ ਕਹਾਣੀ ਕੀ ਹੈ ਐਵੇਂ ਐਵੇਂ ਤੁਹਾਨੂੰ ਤਿੰਨ ਕੁਐਸਚਨ ਆਉਣਗੇ ਤਿੰਨਾਂ ਚੋਂ ਤੁਸੀਂ ਇੱਕ ਕਰਨਾ ਹੋਊਗਾ ਤੇ ਸਾਰ ਵਾਲੇ ਚ ਵੀ ਤੁਹਾਨੂੰ ਜਾਂ ਤਾਂ ਤਿੰਨ ਆਉਣਗੇ ਤਿੰਨ ਕਹਾਣੀਆਂ ਦਾ ਨਾਮ ਦਿੱਤੇ ਵੀ ਹੋਣਗੇ ਉਹਨਾਂ ਨੂੰ ਤੁਸੀਂ ਸਾਰ ਲਿਖੋ ਜਾਂ ਵਿਸ਼ਾ ਵਸਤੂ ਲਿਖੋ ਜਾਂ ਤੁਸੀਂ ਉਹਨਾਂ ਨੂੰ ਆਪਣੇ ਹੰਗਾਰੇ ਦੇ ਵਿੱਚ ਲਿਖੋ 15 15 ਮਾਰਕਸ ਦੇ ਫਿਰ ਤੇ ਜਿਹ ਵੀ ਭਾਗ ਉਹਦੇ ਚ ਤਾਂ ਤੁਹਾਨੂੰ ਪਤਾ ਹੀ ਲੱਗਾ ਕਿ ਕੀ ਆਉਣਾ ਤਾਂ ਪਹਿਲਾਂ ਤਾਂ ਨਿੱਕੀ ਕਹਾਣੀ ਮਿੰਨੀ ਕਹਾਣੀ ਇਹਨਾਂ ਦੇ ਵਿੱਚੋਂ ਕੁਸ਼ਚਨ ਆਉਣ ਨੇ ਫਿਰ ਜਿਹੜੇ ਕਿ ਸਾਰ ਬਾਰੇ ਆਉਣਗੇ ਬਾਕੀ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਕਿ ਤੁਸੀਂ ਪੇਪਰ ਪਾਸ ਕਰਨ ਦਾ ਢੰਗ ਕੀ ਹੈ ਵੀ ਇਨ ਸ਼ਾਰਟ ਟਾਈਮ ਦੇ ਵਿੱਚ ਤੁਸੀਂ ਕੀ ਕੀ ਤਿਆਰੀ ਕਰਕੇ ਜਿਹੜੇ ਕਿ ਪੇਪਰ ਨੂੰ ਆਨ ਪਾਸ ਕਰ ਸਕਦੇ ਹੋ ਤਾਂ ਉਹਦੇ ਨੇ ਸਭ ਤੋਂ ਬੈਸਟ ਹੈ ਕਿ ਤੁਹਾਨੂੰ ਮੈਂ ਕਹਤਾ ਕਿ 10 ਪਹਿਲੀਆਂ 10 ਕਹਾਣੀਆਂ ਦੇ ਸਾਰ ਯਾਦ ਕਰ ਲਓ ਪਹਿਲੀਆਂ 10 ਦੇ ਵਿੱਚੋਂ ਤੁਹਾਨੂੰ ਪੱਕਾ ਆਏ ਜਾਣਾ ਕੁਸ਼ਨ ਤੇ ਨਾਲ ਦੀ ਨਾਲ ਜਿਹੜੇ ਸ਼ਾਰਟ ਕੁਸ਼ਨ ਨੇ ਉਹ ਤੁਹਾਡੇ ਕਵਰ ਹੋ ਜਾਣਗੇ ਤੇ ਇੱਕਵੇਂ ਵੀਡੀਓ ਬਣਾਈ ਹੋਈ ਆ ਵੀ ਕਿਹੜੇ ਕਿਹੜੇ ਰਾਈਟਰ ਦੀ ਕਿਹੜੀ ਕਹਾਣੀ ਆ ਉਹ ਵਾਲੀ ਵੀਡੀਓ ਦੇਖ ਲਓ ਉਹਦੇ ਨਾਲ ਤੁਹਾਨੂੰ ਤਿੰਨ ਚਾਰ ਕੁਸ਼ਨ ਤੁਹਾਡੇ ਕਵਰ ਹੋ ਜਾਣੇ ਨੇ ਤੇ ਇੱਕ ਇਹਦਾ ਰਾਈਟਰ ਨੇਮ ਯਾਦ ਕਰ ਲਓ ਠੀਕ ਹੈ ਉਸ ਤੋਂ ਬਾਅਦ ਇਹਨਾਂ ਇਹਨਾਂ ਟੌਪਿਕਾਂ ਦੇ ਵਿੱਚੋਂ ਨਿੱਕੀ ਕਹਾਣੀ ਕੀ ਹੈ ਲੰਬੀ ਕਹਾਣੀ ਕੀ ਹੈ ਮਿੰਨੀ ਕਹਾਣੀ ਕੀ ਆ ਸਰੂਪ ਤੇ ਵਖਰੇਵਾ ਇਹਦੇ ਵਿੱਚ ਤੁਸੀਂ ਕਿਹੜਨੇ ਕੁਸ਼ਨ ਕਰਨੇ ਨੇ ਇਹਦੇ ਵਿੱਚੋਂ ਸਿਰਫ ਨਿੱਕੀ ਕਹਾਣੀ ਮਿੰਨੀ ਕਹਾਣੀ ਠੀਕ ਹੈ ਜਾਂ ਲੰਬੀ ਕਹਾਣੀ ਇਹਦੇ ਵਿੱਚੋਂ ਜਿਹੜਾ ਕੀ ਤੁਸੀਂ ਇੱਕ ਤਾਂ ਦੋ ਕੁਐਸਚਨ ਜਾਂ ਤਾਂ ਆਹ ਵਾਲੇ ਕਰ ਲਓ ਜਾਂ ਆਹ ਵਾਲੇ ਛੋਟੀ ਕਹਾਣੀ ਤੇ ਗੇਦੇ ਦੇ ਸਰੂਪ ਤੇ ਵਖਰੇਵੇਂ ਵਾਲਾ ਕੁਐਸਚਨ ਕਰ ਲਓ ਠੀਕ ਹੈ ਇਹਦੇ ਵਿੱਚ ਵੀ ਤੁਸੀਂ ਦੋ ਕੁਐਸਚਨ ਕਰ ਲਓ ਠੀਕ ਹੈ ਨਿੱਕੀ ਕਹਾਣੀ ਲੰਬੀ ਕਹਾਣੀ ਠੀਕ ਹੈ ਕੀ ਹੈ ਤੇ ਇੱਕ ਜਾਂ ਕਰ ਲਓ ਤੁਸੀਂ ਵਖਰੇਵੇਂ ਵਾਲਾ ਕੁਐਸਚਨ ਭਾਵੇਂ ਕਿ ਇਹਨਾਂ ਚਾਰਾ ਕੁਐਸਚਨਾਂ ਦੇ ਵਿੱਚੋਂ ਤੁਸੀਂ ਕੋਈ ਤਿੰਨ ਕੁਐਸਚਨ ਜਾਂ ਕਰ ਲਓ ਜੇ ਤਿੰਨ ਨਹੀਂ ਕਰ ਸਕਦੇ ਕੋਈ ਦੋ ਕੁਐਸਚਨ ਜਾਂ ਕਰ ਲਓ ਠੀਕ ਹੈ ਦੋ ਕੁਐਸਚਨ ਨਿੱਕੀ ਕਹਾਣੀ ਕੀ ਹੈ ਇਹਦਾ ਤੱਤ ਲੰਬੀ ਕਹਾਣੀ ਕੀ ਹੈ ਇਹਦਾ ਤੱਤ ਤੇ ਤੱਤ ਸਾਰਿਆਂ ਦੇ ਸੇਮ ਹੀ ਹੁੰਦੇ ਨੇ ਬਸ ਥੋੜਾ ਪਾਟ ਥੋੜਾ ਥੋੜਾ ਚੇਂਜ ਕਰਨਾ ਹੁੰਦਾ ਕਥਨ ਕੀ ਕਿਹੋ ਜਿਹਾ ਦਾ ਠੀਕ ਹੈ ਲੰਬੀ ਕਹਾਣੀ ਦਾ ਕੀ ਹੈ ਮਿੰਨੀ ਕਹਾਣੀ ਦਾ ਕੀ ਹੈ ਜਾਂ ਨਿੱਕੀ ਕਹਾਣੀ ਦਾ ਕਿਹੋ ਜਿਹਾ ਹੁੰਦਾ ਪਾਤਰ ਕਿੰਨੇ ਹੁੰਦੇ ਨੇ ਬਸ ਇਹ ਆ ਫਰਕ ਬਾਕੀ ਇਹਨਾਂ ਦੇ ਹੈਡਿੰਗ ਸੇਮ ਹੋਣਗੇ ਸਭ ਦੇ ਹੈਡਿੰਗ ਸਭ ਦੇ ਸੇਮ ਹੋਣਗੇ ਠੀਕ ਹੈ ਤਾਂ ਇੱਥੋਂ 15 ਅੰਕ 15 ਅੰਕਸਾਰ ਦੇ ਵਿੱਚੋਂ ਤਾਂ ਇੱਥੇ ਤੁਹਾਡੇ 30 ਬਣਗੇ 30 ਦੇ ਵਿੱਚੋਂ ਤੁਹਾਨੂੰ ਆਪਾਂ ਲਗਾਈਏ 20 ਤਾਂ ਆਣਗੇ ਹੀ ਠੀਕ ਹੈ ਜੇ ਆਪਾਂ ਬਹੁਤ ਘੱਟ ਘੱਟ ਕਰਕੇ ਲਗਾਈਏ ਫਿਰ ਜਿਹੜਾ ਕਿ ਲੇਖ ਲੇਖ ਐਨੇ ਟਫ ਨਹੀਂ ਆਉਂਦੇ ਹੁੰਦੇ ਈਜ਼ੀ ਆਉਂਦੇ ਹੁੰਦੇ ਨੇ ਠੀਕ ਹੈ ਐਨੇ ਜਿਆਦਾ ਟਫ ਨਹੀਂ ਹੁੰਦੇ ਹੁੰਦੇ ਤਾਂ ਇਹਨਾਂ ਦੇ ਵਿੱਚੋਂ ਤੁਹਾਡਾ ਹੋਏ ਜਾਣਗੇ ਕੁਝ ਨਾ ਕੁਝ ਮਾਰਕਸ ਦੈਨ ਉਸ ਤੋਂ ਬਾਅਦ ਜਿਹੜੇ ਕਿ ਸ਼ਾਰਟ ਕੁਐਸਚਨ ਸ਼ਾਰਟ ਕੁਐਸਚਨ 40 ਮਾਰਕਸ ਦੇ ਨੇ ਮੈਂ ਤੁਹਾਨੂੰ ਦੱਸਿਆ ਕਿ ਸ਼ਾਰਟ ਤੁਸੀਂ ਸਭ ਦੇ ਜਾ ਕਰੋ ਇੱਕ ਤਾਂ ਪਹਿਲਾਂ ਤੁਹਾਡਾ ਸਟੋਰੀ ਪਾਰਟ ਵਾਲਾ ਕੰਪਲੀਟ ਹੋਣਾ ਚਾਹੀਦਾ ਜਦੋਂ ਆਹ ਵਾਲੀ ਸਟੋਰੀ ਪਾਰਟ ਵਾਲੇ ਇਹਨਾਂ ਦੇ ਮਿੰਨੀ ਕਹਾਣੀ ਲੰਬੀ ਕਹਾਣੀ ਕੀ ਹੈ ਇਹਨਾਂ ਦਾ ਕੁਐਸਚਨ ਕੰਪਲੀਟ ਹੋ ਗਏ ਤੇ ਇਹਨਾਂ ਚ ਕੁਐਸਚਨ ਕੰਪਲੀਟ ਹੋ ਗਏ ਰਾਮਨਾਲ ਤੁਸੀਂ ਪਾਸ ਹੋ ਜਾਓਗੇ ਇਹਨਾਂ ਇਹ ਲੌਂਗ ਕੁਐਸ ਇੱਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜਾ ਇਹਨਾਂ ਦੀ ਸਰੂਪ ਇਹਦਾ ਵਖਰੇਵੇਂ ਵਾਲਾ ਕੁਐਸਚਨ ਆ ਉਹ ਜ਼ਰੂਰ ਕਰ ਲਿਓ ਠੀਕ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰੂੰਗੀ ਸਪੈਸ਼ਲ ਉਹ ਵਾਲਾ ਕੁਐਸਚਨ ਇਹ ਹੈ ਕਿਉਂਕਿ ਜਦੋਂ ਜਿਹੜਾ ਵਖਰੇਵੇਂ ਵਾਲਾ ਵੀ ਲੰਬੀ ਨਿੱਕੀ ਮਿੰਨੀ ਕਹਾਣੀ ਦੇ ਵਿੱਚ ਕੀ ਵਖਰੇਵਾ ਠੀਕ ਹੈ ਤੇ ਉਹਦੇ ਨਾਲ ਤੁਹਾਨੂੰ ਜਿਹੜੇ ਆਹ ਟੌਪਿਕ ਹਨ ਨਿੱਕੀ ਕਹਾਣੀ ਕੀ ਹੈ ਇਹਦੇ ਤੱਤ ਲੰਬੀ ਕਹਾਣੀ ਕੀ ਹੈ ਇਹਦੇ ਤੱਤ ਮਿੰਨੀ ਕਹਾਣੀ ਕੀ ਹੈ ਇਹਦੇ ਤੱਤ ਉਹ ਸਾਰੇ ਕੁਐਸਚਨ ਰਿਕਾਲ ਹੋ ਜਾਣਗੇ ਸਾਰੇ ਕੁਐਸਚਨ ਰਿਕਾਲ ਹੋ ਜਾਣਗੇ ਇੱਕ ਹੀ ਕੁਐਸਚਨ ਆਪਾਂ ਕਹਿ ਸਕਦੇ ਵੀ ਇੱਕ ਕੁਐਸਚਨ 'ਚ ਤਿੰਨ ਕੁਐਸਚਨ ਸਮਾਏ ਹੋਏ ਮ ਜਿਹੜੇ ਕਿ ਆਪਣੇ ਵਧੀਆ ਮਾਰਕਸ ਲੈ ਕੇ ਆਣ ਪੇਪਰ ਨੂੰ ਪਾਸ ਕਰ ਸਕਦੇ ਠੀਕ ਹੈ ਤੇ ਬਾਕੀ ਹੁਣ ਮੈਂ ਤੁਹਾਡਾ ਨੂੰ ਬਾਕੀ ਸਿਲੇਬਸ ਡਿਸਕਸ ਕਰਦੇ ਹੁਣ ਹਾਂਜੀ ਅੱਗੇ ਕਹਾਣੀਆਂ ਦੇ ਸਾਰ ਤਿੰਨ ਆਉਣਗੇ ਤਿੰਨਾਂ ਦਾ ਜੋ ਸਿੱਖ ਕਰਨਾ ਹੋਗਾ ਉਸ ਤੋਂ ਬਾਅਦ ਤੁਹਾਨੂੰ ਕੁਐਸਚਨ ਆਉਣਾ ਇਹਨਾਂ ਦੇ ਵਿੱਚੋਂ ਇਸ ਇਸ ਪਾਰਟ ਦੇ ਵਿੱਚੋਂ ਤੁਹਾਨੂੰ ਦੋ ਪੁੱਛੇ ਜਾਣਗੇ ਠੀਕ ਹੈ ਦੋ ਚੋਂ ਤੁਸੀਂ ਇੱਕ ਕਰਨਾ ਹੋਊਗਾ ਲੇਖ ਬਾਰੇ ਪੁੱਛ ਸਕਦੇ ਨੇ ਪਹਿਰੇ ਬਾਰੇ ਪੁੱਛ ਸਕਦੇ ਨੇ ਅਖਬਾਰੀ ਲੇਖ ਮੀਡਲ ਪ੍ਰੈਸ ਰਿਪੋਰਟ ਖਬਰ ਠੀਕ ਹੈ ਇਹਨਾਂ 6 ਟਾਪਿਕ ਦੇ ਤੇ ਜੋ ਤੁਸੀਂ ਤਿੰਨ ਟਾਪਿਕ ਕਰ ਲਓ ਜਦਾ ਪਹਿਲੇ ਜਾਂ ਲਾਸਟ ਵਾਲੇ ਠੀਕ ਹੈ ਤੇ ਇੱਕ ਇਹਨਾਂ ਦੇ ਵਿੱਚ ਆਪਸੀ ਵੱਖਰੇਵੇਂ ਵਾਲਾ ਕਰ ਲੂ ਉਸ ਤੋਂ ਬਾਅਦ ਤੁਹਾਨੂੰ ਆਉਣਗੇ ਲੇਖ ਲੇਖ ਤੁਹਾਨੂੰ ਆਉਣਗੇ ਇਹ ਜਿਹੜੇ ਦਿੱਤੇ ਹੋਏ ਨੇ ਇਹਨਾਂ ਲੇਖਾਂ ਚੋਂ ਹੀ ਆਉਣਾ ਠੀਕ ਹੈ ਤਿੰਨ ਆਉਣਗੇ ਤਿੰਨ ਵਿੱਚ ਤੁਸੀਂ ਕੋਈ ਇੱਕ ਕਰਨਾ ਹੋਊਗਾ 15 ਅੰਕਾਂ ਦਾ ਤੇ 15 ਅੰਕਾਂ ਦੇ ਹੀ ਤੁਹਾਡੇ ਸਾਰੇ ਕੁਸ਼ਨ 15-15 ਅੰਕਾਂ ਦੇ ਹੋਣਗੇ ਠੀਕ ਹੈ ਲੇਖ ਤੁਸੀਂ ਦੇਖ ਸਕਦੇ ਸਿੱਖਿਆ ਵਿੱਚ ਮਾਤ ਭਾਸ਼ਾ ਦਾ ਮਹੱਤਵ ਵਿਗਿਆਨ ਤੇ ਮਾਤ ਭਾਸ਼ਾ ਠੀਕ ਹੈ ਇਹ ਸਾਰੇ ਲੇਖੇ ਨੇ ਇਹ ਹੀ ਤੁਹਾਨੂੰ ਆਉਣੇ ਨੇ ਇੰਟਰਨੈਟ ਤੇ ਮਸਲੇ ਦੀਆਂ ਮੁਸ਼ਕਲਾਂ ਪੰਜਾਬੀ ਵਿੱਚ ਪ੍ਰਵਾਸ ਦੇ ਰੁਝਾਨ ਠੀਕ ਹੈ ਬੇਰੁਜ਼ਗਾਰੀ ਦੇ ਪ੍ਰਵਾਸ ਇਹ ਵਾਲੇ ਇਹ ਸਾਰੇ ਠੀਕ ਹੈ ਆਪਾਂ ਵੀਡੀਓ ਮ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਸਟੂਡੈਂਟਸ ਸਭ ਤੋਂ ਵੱਧ ਕਿੱਥੇ ਆਉਣਗੇ ਤੁਹਾਨੂੰ ਛੋਟੇ ਕੁਐਸਚਨ ਜਿਹੜੇ ਪ੍ਰਾਈਵੇਟ ਵਾਲੇ ਸਟੂਡੈਂਟਸ ਨੇ ਸ਼ਾਰਟ ਕੁਐਸਚਨ ਤੁਹਾਨੂੰ 40 ਮਾਰਕਸ ਦੇ ਆਉਣੇ ਨੇ 40 ਮਾਰਕਸ ਦੇ ਕੁਐਸਚਨ ਆਉਣੇ ਨੇ ਸ਼ਾਰਟ ਤੇ ਸ਼ਾਰਟ ਤੁਸੀਂ ਹਰ ਕੁਐਸਚਨ ਤੁਹਾਡਾ 2-2 ਮਾਰਕਸ ਦਾ ਆਉਣਾ ਠੀਕ ਹੈ 2-2 ਮਾਰਕਸ ਦਾ ਹੋਊਗਾ 40 ਮਾਰਕਸ ਦੇ ਤੁਹਾਡੇ ਕੁਐਸਚਨ ਹੈ 20 ਆਉਣਗੇ 20 ਦੇ 20 ਤੁਸੀਂ ਕਰਨੇ ਹੋਣਗੇ ਕੋਈ ਤੁਹਾਨੂੰ ਇਹਦੇ ਚ ਚੁਆਇਸ ਨਹੀਂ ਹੋਊਗੀ ਦੇਖੋ ਪਾਠਕ੍ਰਮ ਊੜੇ ਅਤੇ ਐੜੇ ਭਾਗ ਦੇ ਵਿੱਚੋਂ ਠੀਕ ਹੈ ਤੁਹਾਨੂੰ ਸੰਖੇਪ ਉੱਤਰਾਂ ਵਾਲੇ 20 ਪ੍ਰਸ਼ਨ ਆਉਣਗੇ ਸਾਰੇ ਪ੍ਰਸ਼ਨ ਕਰਨੇ ਹੋਣਗੇ 2-2 ਮਾਰਕਸ ਦੇ ਹੋਣਗੇ ਇਹ 40 ਮਾਰਕਸ ਤੁਹਾਡੇ ਤੇ ਪੈਣੇ ਸ਼ਾਰਟ ਕੁਐਸਚਨ ਆ ਠੀਕ ਹੈ ਤੇ ਸ਼ਾਰਟ ਕੁਐਸਚਨ ਵਾਲੇ ਤੁਸੀਂ ਜਿਹੜੇ ਪ੍ਰੀਵੀਅਸ ਪੇਪਰ ਤੇ ਮਾਡਲ ਟੈਸਟ ਪੇਪਰ ਮੈਂ ਅਪਲੋਡ ਕੀਤੇ ਹੋਏ ਨੇ ਉਹ ਵਾਲੇ ਸਾਰੇ ਕੁਐਸਚਨ ਕਰ ਲਓ ਠੀਕ ਹੈ ਸੋ ਇਹ ਸੀ ਤੁਹਾਡੇ ਪੇਪਰ ਦਾ ਪੈਟਰਨ ਪ੍ਰਾਈਵੇਟ ਸਟੂਡੈਂਟਸ ਦੇ ਲਈ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕਸ